ਕਹਿੰਦੇ ਨੇ ਚਾਹਤ ਅਤੇ ਸੁਪਨਿਆਂ ਦਾ ਕੋਈ ਮੁੱਲ ਨਹੀਂ ਹੁੰਦਾ ਅਜੀਹਾ ਇੱਕ ਸੁਪਨਾ ਰਣਦੀਪ ਕੌਰ ਹੋਰਾਂ ਨੇ ਦੇਖਿਆ ਹੈ ਰਣਦੀਪ ਕੌਰ 90% ਡਿਸੇਬਲ ਨੇ ਪਰ ਸੁਪਨੇ ਅਜੀਹੇ ਇਹਨਾਂ ਦੇਖੇ ਨੇ ਜਿਸ ਨੂੰ ਪੂਰਾ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਪੂਰਜੁਰ ਤਰੀਕੇ ਦੇ ਨਾਲ ਉਸ ਸੁਪਨੇ ਦੇ ਪ੍ਰਤੀ ਲਗਾ ਰਹੇ ਨੇ ਰਣਦੀਪ ਕੌਰ ਹੋਰਾਂ ਦੀ ਅੱਜ ਤੁਹਾਨੂੰ ਕਹਾਣੀ ਅਸੀਂ ਦਿਖਾਵਾਂਗੇ ਕਿ ਕਿਵੇਂ ਉਹ ਆਪਣੇ ਸੁਪਨੇ ਨੂੰ ਲੈ ਕੇ ਉਸ ਦੇ ਉੱਤੇ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ ਰਣਦੀਪ ਕੌਰ ਦੀ ਕਹਾਣੀ ਕੀ ਹੈ ਉਹਨਾਂ ਦੇ ਹੀ ਮੂਤ ਸੁਣਾਗੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਧਤਾ ਤੁਹਾਡਾ ਸਮਾਂ ਬੜਾ ਕੀਮਤੀ ਹੈ ਥੈਂਕ ਯੂ so much ਅਸੇ ਮੈਂ ਜਾਨਣਾ ਚਾਹੂੰਗਾ PCS ਦੀ ਤਿਆਰੀ ਕਰਨਾ 90% ਡਿਸੇਬਲ ਹੋਣਾ ਇੰਨੀ ਮੋਟੀਵੇਸ਼ਨਲ ਮੋਟੀਵੇਸ਼ਨ ਆਉਂਦੀ ਕਿਥੋਂ ਹੈ ਤੁਹਾਡੇ ਇਹ ਮੋਟੀਵੇਸ਼ਨ ਮੈਨੂੰ ਮੇਰੇ ਪੇਰੈਂਟਸ ਤੋਂ ਮਿਲਦੀ ਆ ਮੈਂ ਜਦੋਂ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਦੀ ਆ ਕਿ ਉਹਨਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਅੱਜ ਤੱਕ ਤੇ ਮੈਨੂੰ ਆਪਣੀ ਇੱਕ ਰਿਸਪੌਂਸਿਬਿਲਟੀ ਆ ਰਾਈਜ਼ ਹੁੰਦੀ ਦਿਖਦੀ ਹੈ ਕਿ ਮੈਂ ਵੀ ਆਪਣਾ ਜਿਆਦਾ ਤੋਂ ਜਿਆਦਾ ਆਉਟਪੁੱਟ ਉਹਨਾਂ ਨੂੰ ਦਵਾਂ ਤੇ ਆਪਣੇ ਆਪ ਨੂੰ ਪ੍ਰੂਫ ਕਰਕੇ ਦਿਖਾਵਾਂ ਅੱਛਾ ਤੁਸੀਂ 90% ਡਿਸੇਬਲ ਹੈਗੇ ਹੋ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਪੇਰੈਂਟਸ ਨੂੰ ਪਤਾ ਲੱਗਦਾ ਹੈ ਸ਼ੁਰੂਆਤ ਦੇ ਵਿੱਚ ਕਿਉਂਕਿ ਇੱਕ ਪੇਰੈਂਟ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦਾ ਬੱਚਾ ਅਜੀਬ ਹੈ ਤੇ ਉਸ ਤੋਂ ਬਾਅਦ ਪੇਰੈਂਟਸ ਨੇ ਤੁਹਾਨੂੰ ਕਿਵੇਂ ਸਾਂਭਿਆ ਤੁਸੀਂ ਸ਼ੁਰੂਆਤ ਤੋਂ ਕਿਵੇਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਹੁਣ ਤੁਹਾਡਾ ਇੱਕ ਸੁਪਨਾ ਹੈ ਪੀਸੀਐਸ ਦੀ ਤਿਆਰੀ ਕਰਕੇ ਪੀਸੀਐਸ ਅਫਸਰ ਬੰਨਾ ਤੇ ਹੁਣ ਤੱਕ ਦਾ ਸਫ਼ਰ ਕੀ ਸਰ ਮੇਰੇ ਪੇਰੈਂਟਸ ਨੇ ਵੈਸੇ ਮੈਨੂੰ ਕਦੀ ਵੀ ਅਸਾਸ ਨਹੀਂ ਹੋਣ ਦਿੱਤਾ ਕਿ ਮੈਨੂੰ ਕੋਈ ਪ੍ਰੋਬਲਮ ਹੈਗੀ ਇਹ ਤਾਂ ਜਦੋਂ ਉਹਨਾਂ ਨੂੰ ਪਤਾ ਵੀ ਲੱਗਿਆ ਤਾਂ ਉਹਨਾਂ ਨੇ ਜਿੱਦਾਂ ਹਰ ਕੋਈ ਪੇਰੈਂਟਸ ਕੋਸ਼ਿਸ਼ ਕਰਦਾ ਹੈ ਕਿ ਆਪਾਂ ਟ੍ਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕਰੀਏ ਜਾਂ ਕੁਝ ਜਦੋਂ ਉਹ ਚੀਜ਼ਾਂ ਨਹੀਂ ਕਿਸੇ ਪਾਸੇ ਲੱਗਦੀਆਂ ਦਿਸੀਆਂ ਤੇ ਫਿਰ ਮੇਰੇ ਪੇਰੈਂਟਸ ਨੇ ਮੈਨੂੰ ਪੜਾਈ ਵੱਲ ਲਗਾ ਦਿੱਤਾ ਮੈਨੂੰ ਨਾਰਮਲੀ ਮੇਰੇ ਮਦਰ ਨੇ 4-5 ਸਾਲ ਦੀ ਉਮਰ ਦੇ ਵਿੱਚ ਸਕੂਲ ਪਾ ਦਿੱਤਾ ਸੀਗਾ ਤੇ ਆਪ ਹੀ ਚੱਕ ਕੇ ਜਦੋਂ ਕਿਉਂਕਿ ਉਦੋਂ ਸਟੂਲਰ ਵਗੈਰਾ ਕੁਝ ਨਹੀਂ ਸੀਗਾ ਉਦੋਂ ਛੋਟੀ ਸੀਗੀ ਬਹੁਤ ਤੇ ਮੰਮਾ ਮੇਰੇ ਮੈਨੂੰ ਗੋਦੀ 'ਚ ਚੱਕ ਕੇ ਸਕੂਲ ਛੱਡ ਕੇ ਆਉਂਦੇ ਸੀ ਜਦੋਂ 4-5 ਕਿਡੇ ਲੱਗ ਜਾਂਦੇ ਹੁੰਦੇ ਸੀ ਸਕੂਲ ਰੋਟੀ ਦੇ ਕੇ ਆਣੀ ਖਿਲਾ ਕੇ ਆਣੀ ਸਾਰਾ ਕੁਝ ਕਰਨਾ ਹਨਾ ਤੇ ਕਾਲਜ ਤੱਕ ਹਨਾ ਹੁਣ ਮੈਂ ਮਾਸਟਰਸ ਕਰ ਲਈ ਆ ਤੇ ਕਾਲਜ ਤੱਕ ਵੀ ਮੇਰੇ ਮਦਰ ਆ ਜਿਹੜੇ ਇਦਾਂ ਹੀ ਮੇਰੇ ਪਿੱਛਾ ਮੇਰਾ ਕਰਦੇ ਰੇਆ ਛੱਡ ਕੇ ਆਣਾ ਲੈ ਕੇ ਆਣਾ ਹਨਾ ਸਾਰਾ ਕੁਝ ਕਰਨਾ ਤੇ ਪੇਰੈਂਟਸ ਨੇ ਤਾਂ ਕਦੀ ਸਾਥ ਛੱਡਿਆ ਹੀ ਨਹੀਂ ਜੇ ਪੇਰੈਂਟਸ ਨੇ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਘਰ ਹੀ ਬੈਠੀ ਹੁੰਦੀ ਕਿ ਜਿੱਦਾਂ ਕਿ ਹਰ ਇੱਕ ਜਿੱਦਾਂ ਆਪਣਾ ਮਾਈਂਡਸੈਟ ਸਾਡੀ ਸੁਸਾਇਟੀ ਦਾ ਬਣਿਆ ਹੀ ਹੋਇਆ ਕਿ ਜੇ ਕੋਈ ਬੰਦਾ ਡਿਸੇਬਲ ਆ ਥੋੜੀ ਜਿਹੀ ਵੀ ਪ੍ਰੋਬਲਮ ਆ ਨਾ ਘਰ ਬੰਦ ਕਰ ਦਿੰਦੇ ਆ ਪੇਰੈਂਟਸ ਹੀ ਕਹਿ ਦਿੰਦੇ ਆ ਵੀ ਸਾਨੂੰ ਸ਼ਰਮ ਆਂਦੀ ਆ ਆਪਣੇ ਬੱਚੇ ਨੂੰ ਬਾਹਰ ਲਿਜਾਣ ਲੱਗੇ ਕੁਝ ਪੇਰੈਂਟਸ ਦਾ ਵੀ ਮਾਈਂਡਸੈਟ ਇਦਾਂ ਦਾ ਸਾਡੀ ਸੁਸਾਇਟੀ ਦੇ ਵਿੱਚ ਬਟ ਮੇਰੇ ਪੇਰੈਂਟਸ ਨੇ ਕਦੀ ਉਹ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਇਹ ਜਿਹੜੀ ਸਾਡੀ ਬੇਟੀ ਹੈਗੀ ਆ ਇਹ ਸਾਡੇ ਪ੍ਰਾਊਡ ਦਾ ਰੀਜ਼ਨ ਪਰ ਇਹ ਸਾਡੀ ਸ਼ਰਮਦਾਰੀ ਕਦੀ ਨਹੀਂ ਬਣ ਸਕਦੀ ਹੈਗੀ ਅੱਛਾ ਮੈਂ ਤੁਸੀਂ ਤਿਆਰੀ ਕਦੋਂ ਤੋਂ ਕਰ ਰਹੇ ਹੋ ਪੀਸੀਐਸ ਦੀ ਤਿਆਰੀ ਮੈਂ ਮਾਸਟਰਸ ਦੇ ਫਸਟ ਸੈਮੈਸਟਰ ਤੋਂ ਬਾਅਦ ਮਤਲਬ ਕਿ ਪ੍ਰੋਪਰ ਜਿਹੜੀ ਪ੍ਰੇਪਰੇਸ਼ਨ ਸਟਾਰਟ ਕੀਤੀ ਸੀ ਮੈਨੂੰ ਹੁਣ 1.5 ਸਾਲ ਹੋ ਗਿਆ ਬਟ ਹੁਣ ਵੀ ਇਹ ਪ੍ਰੋਬਲਮ ਆ ਰਹੀ ਕਿ ਪ੍ਰੋਪਰ ਕੋਚਿੰਗ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਹੈ ਕਿਉਂਕਿ ਮੈਂ ਆਪਣੇ ਸੈਲਫ ਲੈਵਲ ਤੇ ਜਿਹੜੀ ਤਿਆਰੀ ਕਰਦੀ ਪਈ ਆ ਜਦੋਂ ਮੈਨੂੰ ਕੋਈ ਨੋਟਸ ਕਿਤੇ ਮਿਲ ਜਾਂਣ ਆਨਲਾਈਨ ਜਾਂ ਕੁਝ ਵੀ ਹਨਾ ਉਹ ਤਿਆਰੀ ਕਰਦੀ ਪਈ ਆ ਬਾਕੀ ਕੋਚਿੰਗ ਪ੍ਰੋਪਰ ਨਹੀਂ ਮਿਲ ਰਹੀ ਅਜ ਇੱਕ ਤੁਹਾਡੀ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ ਨੇ ਮੈਂ ਦੇਖੀਆਂ ਨੇ ਤੇ ਹਰੇਕ ਇੰਟਰਵਿਊ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਪਹਿਲਾਂ ਦੱਸਿਆ ਕਿ ਇਹ ਪ੍ਰੋਬਲਮ ਰਹੀ ਹੈ ਮੈਨੂੰ ਉਸ ਤੋਂ ਬਾਅਦ ਗਵਰਨਮੈਂਟ ਵੱਲੋਂ ਹੈਲਪ ਵੀ ਤੁਸੀਂ ਮੰਗੀ ਪਰ ਗਵਰਨਮੈਂਟ ਨੇ ਨਹੀਂ ਕੀਤੀ ਹੈਲਪ ਹੋਰ ਕਈਆਂ ਤੋਂ ਮੰਗੀ ਪਰ ਕੁਝ ਵੀ ਨਹੀਂ ਹੋਇਆ ਤੁਹਾਡੇ ਪੇਰੈਂਟਸ ਨੇ ਸਾਰਾ ਕੁਝ ਕੀਤਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਡਿਸੇਬਲ ਪਰਸਨਸ ਨੇ ਉਹਨਾਂ ਨੂੰ ਮਤਲਬ ਕਿਸ ਬਹਾਫ ਦੇ ਉੱਤੇ ਸਾਡੀ ਸਰਕਾਰ ਰੱਖ ਰਹੀ ਹੈ ਜਾਂ ਸਾਡੇ ਸੋਸਾਇਟੀ ਦੇ ਲੋਕ ਰੱਖ ਸਰ ਡਿਸੇਬਲ ਬੰਦੇ ਨੂੰ ਕਨਸੀਡਰ ਹੀ ਨਹੀਂ ਕੀਤਾ ਜਾਂਦਾ ਐਜ਼ ਅ ਸਿਟੀਜ਼ਨ ਸਾਨੂੰ ਸਿਰ ਵੋਟ ਬੈਂਕ ਦੇ ਤੌਰ ਤੇ ਦੇਖਿਆ ਜਾਂਦਾ ਜਦੋਂ ਵੋਟ ਆਂਦੇ ਆ ਤਾਂ ਉਦੋਂ ਡੀਸੀ ਆਫਿਸ ਵੀ ਮੀਟਿੰਗਸ ਹੋਣੀਆਂ ਸਟਾਰਟ ਹੋ ਜਾਂਦੀਆਂ ਕਿ ਤੁਸੀਂ ਡਿਸੇਬਲ ਬੰਦਿਆਂ ਨੂੰ ਕੀ ਦਿੰਦੇ ਆ ਜਾਂ ਤੁਸੀਂ ਕੀ ਉੱਥੇ ਐਕਸੈਸਿਬਿਲਟੀ ਕੀਤੀ ਹੋਈ ਆ ਵੋਟ ਕਰਨ ਵਾਸਤੇ ਉੱਥੇ ਸਲੋਪਸ ਬਣ ਜਾਂਦੀਆਂ ਪਰ ਜੇ ਅਸੀਂ ਕਿਸੇ ਹੋਰ ਬਿਲਡਿੰਗ ਦੇ ਵਿੱਚ ਜਾਣਾ ਹੋਵੇ ਜਾਂ ਕਿਤੇ ਹੋਰ ਤੁਸੀਂ ਸ਼ਹਿਰ ਦੇ ਵਿੱਚ ਮੈਨੂੰ ਕੋਈ ਬਿਲਡਿੰਗ ਦੱਸ ਦਿਓ ਜਿੱਥੇ ਅクセसिਬਿਲਟੀ ਹੋਵੇ ਜਦ ਕਿ 2016 ਦੇ ਵਿੱਚ ਸਾਡਾ ਐਕਟ ਬਣ ਚੁੱਕਾ ਆ ਕਿ ਕੋਈ ਵੀ ਬਿਲਡਿੰਗ ਬਣੇਗੀ ਜਾਂ ਕੁਝ ਵੀ ਹੋਏਗਾ ਤਾਂ ਉੱਥੇ ਜਿਹੜਾ ਸਲੋਪ ਜਾਂ ਫਿਰ ਜਿਹੜੀ ਸਾਡੀ ਲਿਫਟ ਹੋਣੀ ਚਾਹੀਦੀ ਆ ਪਰ ਉਹ ਅਮਲ ਦੇ ਵਿੱਚ ਚੀਜ਼ਾਂ ਕਿੰਨੀਆਂ ਆ ਘਾ ਰਹੀਆਂ ਦੂਸਰਾ ਸਾਨੂੰ ਕੋਈ ਰਾਈਟਸ ਨਹੀਂ ਦਿੰਦੇ ਠੀਕ ਆ ਸਾਨੂੰ ਕੋਈ ਸਰਕਾਰ ਵੱਲੋਂ ਸਪੋਰਟ ਨਹੀਂ ਹੈਗੀ ਕੋਈ ਬੰਦਾ ਜੇ ਡਿਸੇਬਲ ਹੋਣ ਦੇ ਨਾਤੇ ਜੇ ਪੜਦਾ ਸਟੱਡੀ ਕਰਦਾ ਜੇ ਉਹਦੇ ਪੇਰੈਂਟਸ ਹਿੰਮਤ ਵਾਲੇ ਹੈਗੇ ਆ ਤਾਂ ਉਹ ਪੜ ਜਾਂਦਾ ਆ ਬਾਕੀ ਜੇ ਆਪਾਂ ਕਹੀਏ ਕੋਈ ਸਰਕਾਰ ਵੱਲੋਂ ਐਜੂਕੇਸ਼ਨਲ ਇੰਸਟੀਟਿਊਟਸ ਵੱਲੋਂ ਕੋਈ ਸਪੋਰਟ ਮਿਲਦੀ ਆ ਤਾਂ ਨਹੀਂ ਮਿਲਦੀ ਠੀਕ ਆ ਮੈਂ ਕਾਰ ਦਾ ਅਰੇਂਜਮੈਂਟ ਅਸੀਂ ਕੀਤਾ ਸੀਗਾ ਕਿਉਂਕਿ ਮੈਂ 휠ਚੇਅਰ ਤੋਂ ਇਲਾਵਾ ਬੈਠ ਨਹੀਂ ਸਕਦੀ ਕਿਤੇ ਮੇਰੀ ਬੈਕਬੋਨ 'ਚ ਥੋੜੀ ਪ੍ਰੋਬਲਮ ਵੀ ਆ ਤੇ ਉਸ ਸਲੋਪ ਬਣੀ ਹੋਈ ਆ ਕਾਰ ਦੇ ਵਿੱਚ ਤਾਂ ਮੇਰੀ ਹੁਣ ਸਿੱਧੀ ਵਿੱਚ ਚਲੀ ਜਾਂਦੀ ਆ ਕਿਉਂਕਿ ਮੈਂ ਅੱਗੇ ਹੁਣ ਜੋ ਟਾਰਗੇਟ ਆਪਣਾ ਮਿੱਥਿਆ ਹੋਇਆ ਕਿ ਮੈਂ ਪੀਸੀਐਸ ਲੈਣਾ ਉਹਦੇ ਵਾਸਤੇ ਮੈਨੂੰ ਜਾਣਾ ਆਉਣਾ ਪੈਣਾ ਸੀਗਾ ਤੇ ਮਾਸਟਰਸ ਤੋਂ ਬਾਅਦ ਇਹ ਚੀਜ਼ ਜਿਹੜੀ ਸੀਗੀ ਫਿਰ ਸਾਨੂੰ ਲੱਗਿਆ ਕਿ ਇਹਦੀ ਲੋੜ ਆ ਸਰਕਾਰ ਨੂੰ ਕਿਹਾ ਬਹੁਤ ਸਾਰੇ ਜਿਹੜੇ ਐਨਜੀਓ ਖੁੱਲ ਕੇ ਬੈਠੇ ਹੋਏ ਆ ਠੀਕ ਆ ਨਾਮ ਦੇ ਉਹਨਾਂ ਨੂੰ ਕਿਹਾ ਕਿਸੇ ਨੇ ਤੁਹਾਡੀ ਕੋਈ ਹੈਲਪ ਨਹੀਂ ਕੀਤੀ ਸਿਰਫ 2-3 ਐਨਜੀਓ ਸੀਗੇ ਸਰਬਤ ਸਰਬਾਦਾ ਭਲਾ ਖਾਲਸਾ ਏਡ ਤੇ ਜੱਟ ਸੇ ਕਾਉਂਸਲ ਇਹਨਾਂ ਨੇ ਸਾਡੀ ਹੈਲਪ ਕੀਤੀ ਠੀਕ ਆ ਬਾਕੀ ਸਰਕਾਰ ਵੱਲੋਂ ਜੇ ਮੈਂ ਕੋਈ ਕਹਾਂ ਇੱਕ ਸਿਰਫ 1500 ਤੁਸੀਂ ਪੈਨਸ਼ਨ ਦਿੰਦੇ ਆ ਡਿਸੇਬਲ ਬੰਦੇ ਨੂੰ ਠੀਕ ਆ ਉਹਦੇ ਵਿੱਚ ਕੀ ਬੰਦਾ ਕਰ ਲੇਗਾ ਤੁਸੀਂ ਦੱਸੋ ਕੋਈ ਹੋਰ ਸਰਕਾਰ ਵੱਲੋਂ ਜਿਹੜਾ ਜਿਹੜੇ ਤਾਂ ਦੇਖੋ ਘਰ ਬੈਠੇ ਆ ਉਹਨਾਂ ਨੂੰ ਮੈਂ ਮੰਨ ਸਕਦੀ ਆ ਕਿ ਸਾਡਾ ਇੰਨਾ ਕੋਈ ਲੇਵਲ ਨਹੀਂ ਹੈਗਾ ਸਰਕਾਰ ਦਾ ਕਿ ਸਾਰਿਆਂ ਨੂੰ ਉਹ ਫੈਸਿਲਿਟੀਆਂ ਮਿਲ ਸਕਣ ਬਟ ਘਟੂ ਘਟ ਜਿਹੜਾ এডਿਕੇਸ਼ਨ ਲੈ ਰਿਹਾ ਆ ਇਨੀ ਪ੍ਰੋਬਲਮ ਦੇ ਵਿੱਚ ਜਾ ਕੇ ਮੇਰੇ ਮਦਰ ਕਿਉਂਕਿ ਮੇਰੇ ਮਦਰ ਨੇ ਮੈਨੂੰ এডਿਕੇਸ਼ਨ ਕਿੱਦਾਂ ਦਵਾਈ ਆ ਮੈਨੂੰ ਪਤਾ ਜਾਂ ਉਹਨਾਂ ਨੂੰ ਪਤਾ ਹੈਗਾ ਤਾਂ ਉਹਨਾਂ ਵਾਸਤੇ ਤਾਂ ਕੋਈ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਹਨਾ ਪਰ ਸਰਕਾਰ ਵੱਲੋਂ ਸਾਡੀ ਕੋਈ ਪੁੱਛ ਨਹੀਂ ਹੈਗੀ ਅੱਛਾ ਤੁਸੀਂ ਕਦੋਂ ਤੁਹਾਨੂੰ 1 ਸਾਲ ਹੋ ਗਿਆ ਹੈ ਤਿਆਰੀ ਕਰਦੇ ਆ ਨੂੰ ਅੱਛਾ ਤੇ ਹੁਣ ਪੀਪਰ ਪਤਾ ਹੈ ਤੁਹਾਨੂੰ ਕਦੋਂ ਹੋਣ ਵਾਲੇ ਨੇ ਸਰ ਉਹ ਵੀ ਕੋਈ ਸਰਟਨ ਨਹੀਂ ਹੁੰਦਾ ਹੈਗਾ ਪੇਪਰ ਕਦੀ ਨਿਕਲਦੇ ਆ ਕਦੀ ਨਹੀਂ ਨਿਕਲਦੇ ਹੈਗੇ ਇੱਥੇ ਦਾ ਕਿਉਂਕਿ ਸਿਸਟਮ ਹੀ ਸਾਡਾ ਇੱਥੇ ਦਾ ਇਦਾਂ ਕੋਈ ਆਪਾਂ ਤਿਆਰੀਆਂ ਕਰਦੇ ਰਹਿੰਦੇ ਆ ਪੇਪਰਸ ਦੀ ਪਾਰਟਿਕੂਲਰ ਕੋ ਡੇਟ ਤਾਂ ਹੋਣੀ ਚਾਹੀਦੀ ਆ ਨਾ ਕਿ ਇਸ ਬੰਦੇ ਨੂੰ ਪਤਾ ਹੋਵੇਗਾ ਹਾਂ ਮੇਰਾ ਇਸ ਡੇਟ ਨੂੰ ਪੇਪਰ ਹੈਗਾ ਤਾਂ ਬੰਦਾ ਉਸ ਦੇ ਹਿਸਾਬ ਦੇ ਨਾਲ ਆਪਾਂ ਤਿਆਰੀਆਂ ਕਰਦੇ ਰਹਿੰਦੇ ਆ ਪਰ ਸਰਕਾਰਾਂ ਦੇ ਵੱਲੋਂ ਉਸ ਚੀਜ਼ ਦੇ ਵੱਲ ਵੀ ਕੋਈ ਅਵੇਅਰਨੈਸ ਨਹੀਂ ਹੈਗੀ ਹੈਨਾ ਉਹ ਆਪਣੀ ਮਰਜ਼ੀ ਦੇ ਨਾਲ ਪੇਪਰ ਕੱਢਦੇ ਆ ਕਦੋਂ ਕੱਢਦੇ ਆ ਕਦੋਂ ਨਹੀਂ ਕੱਢਦੇ ਉਹਨਾਂ ਤੇ ਡਿਪੈਂਡ ਕਰਦਾ ਆ ਅੱਛਾ ਤੁਸੀਂ ਤਿਆਰੀ ਦੇ ਨਾਲ-ਨਾਲ ਬੁੱਕਾਂ ਵੀ ਲਿਖੀਆਂ ਹੈਗੀਆਂ ਨੇ ਜਦੋਂ ਕੋਵਿਡ ਟਾਈਮ ਆਇਆ ਉਹਦੇ ਤੁਸੀਂ ਦੋ ਬੁੱਕਾਂ ਮੇਰੇ ਘਰਾਂ ਨਾਲ ਲਿਖੀਆਂ ਨੇ ਕਿੜੀ-ਕਿੜੀ ਕਵਿਤਾਵਾਂ ਤੁਹਾਡੀਆਂ ਹੈਗੀਆਂ ਨੇ ਪਲੀਜ਼ ਸੁਣਾ ਸਕਦੀ ਹਾਂ ਹਾਂਜੀ ਮੈਂ ਇੱਕ ਸੁਣਾ ਸਕਦੀ ਹਾਂ ਇਹਦਾ ਨਾਮ ਹੈਗਾ ਕੀਮਤ ਚੰਗੀ ਜ਼ਿੰਦਗੀ ਦੀ ਮਕਸਦ ਕੁਝ ਵੱਖਰੇ ਨੇ ਇਸ ਲਈ ਹਜੇ ਟਿਕ ਕੇ ਬਹਿ ਨਹੀਂ ਸਕਦੇ ਮਕਸਦ ਕੁਝ ਵੱਖਰੇ ਨੇ ਇਸ ਲਈ ਹਜੇ ਟਿਕ ਕੇ ਬਹਿ ਨਹੀਂ ਸਕਦੇ ਸੁਪਨੇ ਕੁਝ ਵੱਡੇ ਨੇ ਇਸ ਲਈ ਹਜੇ ਚੈਨ ਨਾਲ ਸੌ ਨਹੀਂ ਸਕਦੇ ਇਕ ਲੰਬਾ ਸਫ਼ਰ ਐ ਹਜੇ ਜ਼ਿੰਮੇਵਾਰੀਆਂ ਦਾ ਇਸ ਲਈ ਚਾਹ ਕੇ ਵੀ ਬੇਪਰਵਾਹ ਹੋ ਨਹੀਂ ਸਕਦੇ ਮੇਰੇ ਮਾਪੇ ਲਈ ਦੁਨੀਆ ਦੀਆਂ ਉਹ ਤਿੱਖੀਆਂ ਤਿੱਖੀਆਂ ਨਜ਼ਰਾਂ ਹੁਣ ਤੱਕ ਦਿਮਾਗ ਲਈ ਇੱਕ ਰਿਸਦਾ ਫਟ ਬਣੀਆਂ ਹੋਈਆਂ ਨੇ ਇਸ ਲਈ ਉਹ ਨਜ਼ਰਾਂ ਨੀਮੀਆਂ ਕਰਾਏ ਬਿਨਾ ਦੁਨੀਆ ਤੋਂ ਰੁਕਸਤ ਹੋ ਨਹੀਂ ਸਕਦੇ ਬਹੁਤ ਅੱਛੀ ਕਵਿਤਾ ਤੁਸੀਂ ਲਿਖੀ ਹੈ ਇਹ ਕਵਿਤਾ ਕਦੋਂ ਤੁਸੀਂ ਲਿਖੀ ਹੈਗੀ ਹੈ ਕੋਵਿਡ ਟਾਈਮ ਦੇ ਵਿੱਚ ਤੁਸੀਂ ਲਿਖੀ ਜਾਂ ਫਿਰ ਆਪਣੀ ਖੋਰ ਸਮੇਂ ਦੇ ਵਿੱਚ ਇਹ ਕੋਵਿਡ ਦੇ ਵਿੱਚ ਹੀ ਮੈਂ ਲਿਖੀ ਸੀਗੀ ਤੇ ਵੈਸੇ ਵੀ ਮੈਂ ਡਾਇਰੀ ਰਾਈਟਿੰਗ ਕਰਦੀ ਹਾਂ ਰੋਜ਼ ਮੇਰੇ ਜੋ-ਜੋ ਮੈਂ ਐਕਟੀਵਿਟੀਆਂ ਦਿਨ ਦੇ ਵਿੱਚ ਕੀਤੀਆਂ ਹੁੰਦੀਆਂ ਮੈਂ ਸਾਰੀਆਂ ਡਾਇਰੀ ਦੇ ਵਿੱਚ ਲਿਖਦੀ ਹਾਂ ਤੇ ਫਿਰ ਉਦੋਂ ਵੀ ਮੇਰੇ ਜੋ ਵੀ ਪੋਇਟਰੀਜ਼ ਮੇਰੇ ਦਿਮਾਗ ਦੇ ਵਿੱਚ ਆਉਂਦੀਆਂ ਮੈਂ ਡਾਇਰੀ ਦੇ ਵਿੱਚ ਨੋਟ ਕਰਦੀ ਰਹਿੰਦੀ ਖਿਆਲ ਆਇਆ ਸੀਗਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਤੇ ਵੈਸੇ ਡੈਡੀਕੇਟ ਤੁਸੀਂ ਕਿਹਨੂੰ ਕੀਤੀ ਮੈਂ ਆਪਣੇ ਪੇਰੈਂਟਸ ਨੂੰ ਪੇਰੈਂਟਸ ਦੇ ਲਈ ਜਦੋਂ ਮੈਨੂੰ ਇਹ ਜ਼ਰੂਰ ਦੱਸਿਓ ਤੁਸੀਂ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੋ ਮੈਂ ਦੇਖਦਾ ਤੁਹਾਡੀ ਵੀਡੀਓਜ਼ ਕਾਫੀਆਂ ਨੇ اچھا ਤੁਸੀਂ ਉਸ ਤੋਂ ਇਲਾਵਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੈਲੋਗ੍ਰਾਫੀ ਵੀ ਤੁਸੀਂ ਕਰਦੇ ਹੋ ਸ਼ਾਇਦ ਉਹ ਕੀ ਚੀਜ਼ ਹੈਗੀ ਹੈ ਉਹ ਇੱਕ ਕ੍ਰੀਏਟਿਵ ਰਾਈਟਿੰਗ ਆਰਟ ਹੁੰਦਾ ਹੈਗਾ ਜਿੱਦਾਂ ਪੇਂਟਿੰਗ ਵਗੈਰਾ ਦਾ ਇੱਕ ਅਲੱਗ ਚੀਜ਼ ਹੋ ਜਾਂਦੀ ਆ ਇਹਦੇ ਵਿੱਚ ਅਲੱਗ-ਅਲੱਗ ਫੌਂਟਸ ਹੁੰਦੇ ਆ ਜਦੋਂ ਆਪਾਂ ਗੱਲ ਕਰਦੇ ਆ ਕੰਪਿਊਟਰ ਆਪਾਂ ਚਲਾਉਂਦੇ ਆ ਕੰਪਿਊਟਰ ਦੇ ਵਿੱਚ ਅਲੱਗ-ਅਲੱਗ ਫੌਂਟਸ ਹੁੰਦੇ ਹੈਗੇ ਆ ਉਸੇ ਤਰ੍ਹਾਂ ਇਹ ਹੈਂਡਮੇਡ ਫੌਂਟਸ ਹੁੰਦੇ ਆ ਉਹ ਕੰਪਿਊਟਰਾਈਜ਼ਡ ਫੌਂਟਸ ਹੁੰਦੇ ਆ ਇਹ ਹੈਂਡਮੇਡ ਫੌਂਟਸ ਹੁੰਦੇ ਆ ਤੇ ਇਹ ਫਿਰ ਆਪਾਂ ਫੌਂਟਸ ਦੇ ਵਿੱਚ ਜਿੱਦਾਂ 터ਕਿਸ਼ ਕੈਲੀਗ੍ਰਾਫੀ ਮੈਂ ਕਰਦੀ ਆ ਬੇਸਿਕਲੀ ਮੇਰਾ ਉਹ ਹੈਗਾ ਆ ਬਰਸ਼ ਲੈਟਰਿੰਗ ਹੁੰਦੀ ਆ ਇਹਦੇ ਵਿੱਚ ਗੁਰਮੁਖੀ ਕੈਲੀਗ੍ਰਾਫ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਅੱਛਾ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਇਸ ਚੀਜ਼ ਨੂੰ ਲੈ ਕੇ ਅੱਛਾ ਹੁਣ ਤੱਕ ਤੁਸੀਂ ਕਿੰਨੀਆਂ ਕਿ ਲਿਖ ਚੁੱਕੀ ਹੋ ਕ੍ਰੀਏਟਿਵ ਜਿਵੇਂ ਕਰਦੇ ਤੁਸੀਂ ਕੈਲੀਗ੍ਰਾਫੀ ਕੀਤੀ ਹੈਗੀ ਹੈ ਕਿੰਨੇ ਕਿ ਲੋਕਾਂ ਨੂੰ ਤੁਸੀਂ ਬਣਾ ਕੇ ਦੇ ਚੁੱਕੀ ਮੈਨੂੰ ਆਰਡਰਸ ਮਿਲਦੇ ਹੈਗੇ ਆ ਆਰਡਰਸ ਦਾ ਵੀ ਏਡਾ ਕੋਈ ਸਰਟਨ ਨਹੀਂ ਹੈਗਾ ਕਿਉਂਕਿ ਜ਼ਿਆਦਾਤਰ ਮੈਨੂੰ ਟਾਈਮ ਜਿਹੜਾ ਆ ਸਟੱਡੀ ਵਾਲ ਡਿਵੋਟ ਕਰਨਾ ਬਿੰਦਾ ਆ ਬਟ ਮੈਨੂੰ ਜਦ ਦਾ ਫਰੇਮਿੰਗ ਦੇ ਆਰਡਰਸ ਆ ਜਾਂਦੇ ਕਿ ਲੋਕੀ ਆਪਣਾ ਆਪਣੇ ਬੇਬੀ ਦਾ ਨਾਮ ਹੁੰਦਾ ਜਾਂ ਫਿਰ ਆਪਣਾ ਕਪਲ ਨੇਮ ਹੁੰਦਾ ਹੈਗਾ ਉਹ ਲਿਖਵਾ ਕੇ ਫਰੇਮ ਕਰਵਾ ਕੇ ਫਿਰ ਮੇਰੇ ਕੋਲ ਡਿਸਪੈਚ ਕਰਵਾ ਲੈਂਦੇ ਆ ਅੱਛਾ ਇਹ ਚੀਜ਼ ਤੁਸੀਂ ਕਿਥੋਂ ਹੋਰ ਜਾ ਕੇ ਸਿੱਖਿਆ ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਿੱਖਿਆ ਹੈ ਨਹੀਂ ਇਹ ਮੈਂ 셀ਫ ਟਾਟ ਹੈਗੀ ਆ ਮੈਂ ਕਿਥੋਂ ਸਿੱਖਿਆ ਨਹੀਂ ਹੈਗਾ ਤੇ ਮੈਂ ਖੁਦ ਹੀ ਇਹ ਵੀ ਕੋਵਿਡ ਟਾਈਮ ਦੇ ਵਿੱਚ ਦਾ ਕੋਈ ਵੀ ਮੈਨੂੰ ਪੇਜ ਅੱਛਾ ਲੱਗਦਾ ਸੀਗਾ ਫਿਰ ਮੈਂ ਉਹਦੇ ਫੋਨ ਨੂੰ ਪ੍ਰੈਕਟਿਸ ਕਰਦੀ ਸੀਗੀ ਖੁਦ ਹੀ ਉਹਦੀਆਂ ਬਰੀਕੀਆਂ ਦੇਖਣੀਆਂ ਕਿਹੜਾ ਸਟ੍ਰੋਕ ਕਿਦਾਂ ਲੱਗਿਆ ਹੋਇਆ ਇਹ ਸਾਰਾ ਕੁਝ ਮੈਂ ਖੁਦ ਹੀ ਸਿੱਖਿਆ ਅੱਛਾ ਬਿਲਕੁਲ ਸਾਰਾ ਕੁਝ ਤੁਸੀਂ ਆਪ ਹੀ ਬਣਾਉਂਦੇ ਹੋ ਅੱਛਾ ਪੇਰੈਂਟਸ ਦਾ ਕਿੰਨਾ ਕੁ ਸਪੋਰਟ ਰਿਹਾ ਜਿਵੇਂ ਮਦਰ ਦਾ ਤੁਹਾਡਾ ਬਹੁਤ ਜ਼ਿਆਦਾ ਰਿਹਾ ਉਸ ਤੋਂ ਇਲਾਵਾ ਮਦਰ ਫਰਜ਼ ਤੋਂ ਇਲਾਵਾ ਹੋਰ ਪੇਰੈਂਟਸ ਦੇ ਲੋਕ ਜਦੋਂ ਤੁਹਾਨੂੰ ਦੇਖਦੇ ਨੇ ਫਿਰ ਜਦੋਂ ਤੁਸੀਂ ਇੰਨੀਆਂ ਤਿਆਰੀਆਂ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਉਦੋਂ ਉਹਨਾਂ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੇ ਪਹਿਲਾ ਕਿ ਹੋ ਕੇ ਹੋ ਜੀ ਸਰ ਮੇਰੇ ਜਿਹੜੇ ਦਾਦਕਿਆਂ ਦੀ ਫੈਮਿਲੀ ਸੀਗੀ ਉਹਨਾਂ ਨੇ ਤਾਂ ਪ੍ਰੋਪਰਲੀ ਕਟਆਫ ਹੀ ਕੀਤਾ ਸ਼ੁਰੂ ਤੋਂ ਸਾਡੇ ਨਾਲ ਕਿਉਂਕਿ ਜਦੋਂ ਉਹਨਾਂ ਨੇ ਮੇਰੀ ਕੰਡੀਸ਼ਨ ਦੇਖੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਲੱਗਦਾ ਸੀਗਾ ਕਿ ਜਾਂ ਤਾਂ ਮੇਰੀ ਡੈਥ ਜਲਦੀ ਹੋ ਜਾਏਗੀ ਤਾਂ ਜਾਂ ਮੇਰੇ ਪੇਰੈਂਟਸ ਹਨਾ ਮੈਨੂੰ ਸਾਹਮਣੇ ਸਾਹਮਣੇ ਇਹਨਾਂ ਨੂੰ ਕੁਝ ਹੋ ਜਾਏਗਾ ਤੇ ਉਹਨਾਂ ਦਾ ਮਾਈਂਡ ਸੈਟ ਕੁਝ ਇਸ ਤਰ੍ਹਾਂ ਦਾ ਗਲਤ ਸੀਗਾ ਹਣਾ ਤੇ ਉਹ ਦਾਦਾ ਦਾ ਮੈਂ ਕੁਝ ਕਹਿ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਬੈਡ ਬਿਹੇਵਰ ਸ਼ੁਰੂ ਤੋਂ ਕੀਤਾ ਮੇਰੀ ਨਾਨਕਿਆਨੀ ਫੈਮਿਲੀ ਨੇ ਬਹੁਤ ਸਪੋਰਟ ਕੀਤਾ ਸ਼ੁਰੂ ਤੋਂ ਮੇਰੇ मामੂ ਹੁਣ ਤੱਕ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਹੈਗੇ ਆ ਕੁਝ ਵੀ ਮੈਂ ਡਿਸੀਜਨ ਲੈਣਾ ਹੁੰਦਾ ਜਾਂ ਜਿੱਦਾਂ ਮੈਂ ਆਪਣੇ ਪੇਰੈਂਟਸ ਨਾਲ ਡਿਸਕਸ ਕਰਦੀ ਆ ਉਹਦੇ ਮੈਂ ਆਪਣੇ मामੂ ਨਾਲ ਡਿਸਕਸ ਕਰਦੀ ਹੈਗੀਆਂ ਤੇ ਮੇਰੇ ਸਿਰਫ मामੂ ਹੈਗੇ ਆ ਜਿਹੜੇ ਨਾਲ ਖੜੇ ਆ ਇਸ ਵੇਲੇ ਜੀ ਜੋ ਕੈਲਿਗ੍ਰਾਫੀਸ ਕਰਦੇ ਹੈ ਕਿਉਂ ਉਹ ਦਿਖਾ ਸਕਦੇ ਹੋ ਤੁਹਾਡੇ ਕੀ ਕੀ ਹਾਂਜੀ ਆ ਦੇਖੋ ਇਹ ਹੈਗਾ ਟਕੀਚ ਫੌਂਟ ਹੈਗਾ ਜਿੱਦਾਂ ਤੇ ਬੇਸਿਕਲੀ ਜ਼ਿਆਦਾ ਹੁੰਦੀ ਬਰਸ਼ ਲੈਟਰਿੰਗ ਇਹ 터ਕਿਸ਼ ਫੌਂਟ ਹੈ ਇਸਲਾਮਿਕ ਫੌਂਟ ਦੇ ਵਿੱਚੋਂ ਨਿਕਲਿਆ ਥੋੜਾ ਇਹ ਫੇ ਪ੍ਰੈਕਟਿਸ ਕਰ ਕਰਕੇ ਕਿਉਂਕਿ ਮੈਨੂੰ 2.5 ਸਾਲ ਲੱਗ ਗਏ ਇਹਦੇ ਵਿੱਚ ਥੋੜਾ ਜਿਹਾ ਅਜੇ ਵੀ ਮੈਂ ਇੰਨੀ ਜ਼ਿਆਦਾ ਪਰਫੈਕਟ ਨਹੀਂ ਕਹਿ ਸਕਦੀ ਹੋਈ ਆ ਬਟ ਫਿਰ ਵੀ ਮੈਂ ਕਰਨਾ ਸਟਾਰਟ ਕਰ ਦਿੱਤਾ ਹੈਗਾ ਹਾਂ ਇਹ ਤੁਸੀਂ ਦੇਖੋ ਓਟੂ ਵਾਲਾ ਤੁਸੀਂ ਕਦੋਂ ਇਹ ਕੰਪੀਟੀਸ਼ਨ ਸੀਗਾ ਐਕਚੁਅਲੀ ਕਾਲਜ ਦੇ ਵਿੱਚ ਤੇ ਉਹਦੇ ਵਿੱਚ ਫਿਰ ਮੈਂ ਇਹ ਕੀਤਾ ਸੀਗਾ ਹਾਂਜੀ ਵੀ ਮਦਰ ਵੀ ਨਹੀਂ ਰੰਦੀਪ ਦੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਕਿਉਂਕਿ ਸਭ ਤੋਂ ਮੁਸ਼ਕਿਲ ਜੇਕਰ ਹੁੰਦੀ ਹੈ ਤੇ ਮਾਂ ਨੂੰ ਹੁੰਦੀ ਹੈ ਕਿਉਂਕਿ ਆਪਣੇ ਬੱਚੇ ਨੂੰ ਸਾਹਮਣਾ ਉਸ ਨੂੰ ਹਰ ਇੱਕ ਚੀਜ਼ ਲਈ ਤਿਆਰ ਕਰਨਾ ਉਸ ਨੂੰ ਮੋਟੀਵੇਟ ਕਰਨਾ ਉਹ ਸਾਰਾ ਕੁਝ ਇਹਨਾਂ ਦੇ ਉੱਤੇ ਜੁਮਾ ਹੈ ਗੱਲਬਾਤ ਕਰਦੇ ਆ ਮੈਂ ਇੱਕ ਤਾਂ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਮੈਂ ਤੁਹਾਨੂੰ ਦੇਖ ਕੇ ਬੜਾ ਖੁਸ਼ ਹੋਣਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਜਿਹੜਾ ਹੈ ਪਾਲ ਲਿਆ ਹੈ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਬੱਚਾ ਤੁਹਾਡਾ ਹੈਂਡੀਕੈਪ ਹੈ ਹਾਂਜੀ ਇਹ ਐਸਾ ਅਹਿਸਾਸ ਕਰਦੇ ਹੈਂਡੀਗੈਵਡ ਆ ਤੇ ਫਿਰ ਸ਼ਾਇਦ ਇੱਥੇ ਤੱਕ ਨਾ ਪਹੁੰਚਾਂਦੇ ਮੈਂ ਐਕਚੁਅਲੀ ਇਹਨੂੰ ਨਾਰਮਲੀ ਹੀ ਟ੍ਰੀਟ ਕਰਦੀ ਆ ਹਨਾ ਬੱਚੇ ਨੇ ਤੁਹਾਡੇ ਬਹੁਤ ਵੱਡੇ ਸੁਪਨੇ ਦੇਖੇ ਹੋਏ ਨੇ ਪੀਸੀਐਸ ਦੀ ਤਿਆਰੀ ਕਰ ਰਹੇ ਨੇ ਮੈਮ ਕਿਹੋ ਜਿਹਾ ਸਿ ਹੋਖ ਤੋ ਤੁਹਾਡਾ ਹੈ ਕਿਉਂਕਿ ਤੁਸੀਂ ਬਚਪਨ ਤੋਂ ਹੀ ਇਹਨਾਂ ਨੂੰ ਪਾਲਿਆ ਹੈ ਤੇ ਕਿਵੇਂ ਤੁਸੀਂ ਇਹਨਾਂ ਦੀ ਤਿਆਰੀ ਕਰਾ ਰਹੇ ਹੋ ਤਿਆਰੀ ਵਸ ਐਮਕੌਮ ਤਾਂ ਕੰਪਲੀਟ ਹੋ ਚੁੱਕੀ ਹੈ ਹੁਣ ਪੀਸੀਐਸ ਦੀ ਤਿਆਰੀ ਚ ਹੈ ਮੈਂ ਦੇ ਕੋ ਆਪਣੇ ਵੱਲੋਂ 100% ਦੇ ਰਹੀ ਐ ਮੇਰੇ ਵੱਲੋਂ ਜਿੰਨਾ ਹੋ ਸਕਦਾ ਐ ਨੂੰ ਮੈਂ ਪੂਰਾ ਸਹਿਯੋਗ ਦੇ ਰਹੀ ਐ ਅੱਛਾ ਤੁਸੀਂ ਕਈ ਬਹੁਤ ਇੰਟਰਵਿਊਜ਼ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਸਰਕਾਰ ਤੋਂ ਕਈ ਮਦਦ ਮੰਗੀ ਹੈਗੀ ਸਰਕਾਰ ਨੇ ਜਾਂ ਫਿਰ ਕੋਈ ਐਨਜੀਓ ਨੇ ਤੁਹਾਡੀ ਮਦਦ ਕੀਤੀ ਐ ਬਿਲਕੁਲ ਵੀ ਨਹੀਂ ਮੈਂ ਥੋੜਾ ਇਹ ਕਹਿਣਾ ਚਾਹਨੀ ਐ ਕਿ ਜਿੱਦਾਂ ਹੁਣ ਬੱਚੇ ਇਦਾਂ ਹੈਂਡੀਕੈਪਡ ਹੈਗੇ ਆ ਥੋੜਾ ਜਿਆ ਸਰਕਾਰ ਨੂੰ ਵੀ ਇਸ ਵਾਰ ਧਿਆਨ ਪਹਿਲੀ ਗੱਲ ਤਾਂ ਆਪਣੇ ਜੋ ਸਿਟੀ ਚੋਂ ਹੀ ਜਿੰਦਾ ਮੇਨ ਪ੍ਰਸ਼ਾਸਨ ਵਾਲੇ ਉਹਨਾਂ ਨੂੰ ਹੀ ਧਿਆਨ ਦੇਣਾ ਚਾਹੀਦਾ ਬੱਚਾ ਇੰਨਾ ਕੁਆਲੀਫਾਈਡ ਹੈ ਦੁਆਬਾ ਕਾਲਜ ਦੀ ਟਾਪਰ ਸੀ ਖਾਲਸਾ ਕਾਲਜ ਉੱਥੇ ਹੀ ਇੰਨੇ ਕ ਹੈਗੇ ਸੀ ਬੰਦੇ ਉਹਨਾਂ ਦੇ ਖੁਦ ਚੇਅਰਮੈਨ ਨੂੰ ਮਿਲੀ ਆ ਕਿ ਮੈਂ ਪੀਸੀਐਸ ਦੀ ਡੀਸੀ ਸਾਹਿਬ ਨੇ ਸਨਮਾਨਿਤ ਕੀਤਾ ਕਹਿੰਦੇ ਸੀ ਵੀ ਪੀਸੀਐਸ ਦੀ ਕਰਾਂਗੇ ਹੁਣ ਅਸੀਂ ਦੇਖੋ ਨਾਰਮਲ ਫੈਮਲੀ ਚ ਹੈ ਜਿੰਨਾ ਵੀ ਹੋ ਸਕਦਾ ਅਸੀਂ ਤਿਆਰੀ ਕਰਾ ਰਹੇ ਹਾਂ ਕੁਝ ਤਾਂ ਕੁਝ ਸਰਕਾਰਾਂ ਨੂੰ ਵੀ ਅੱਗੇ ਆ ਕੇ ਬੱਚਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਨਾ ਸਿਰਫ 1500 ਰੁਪਿਆ ਪੈਨਸ਼ਨ ਲਗਾ ਕੇ ਤਾਂ ਸਾਰੇ ਉਹਨਾਂ ਦੇ ਪੂਰੇ ਨਹੀਂ ਨਾ ਹੋ ਜਾਂਦੇ ਅਸੀਂ ਬਾਕੀ ਜੋ ਕੁਝ ਸਟੱਡੀ ਵਿੱਚ ਕਰਦੇ ਹਾਂ ਸਟੱਡੀ ਵਿੱਚ ਕੋਈ ਕੋਆਪਰੇਟ ਨਹੀਂ ਹੈਗਾ ਕਿਸੇ ਨਾਰਮਲੀ ਜਾਣੇ ਜਦੋਂ ਹੁਣ ਚੇਅਰ ਦੀ ਲੋਡ ਹੁੰਦੀ ਹੈ ਕਿਸੇ ਵੀ ਚੀਜ਼ ਦੀ ਲੋਡ ਹੁੰਦੀ ਹੈ ਕਿਸੇ ਵੱਲੋਂ ਐਨਜੀਓ ਵੱਲੋਂ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਹੈ ਗਾਂ ਜਾ ਕੇ ਬੱਚਿਆਂ ਨੂੰ ਜਿੰਨੀ ਦੇਰ ਸਾਡੀ ਲਾਈਫ ਹੈਗੀ ਮਦਰ ਪੇਰੈਂਟਸ ਦੀ ਅਸੀਂ ਸਾਂਭ ਰਹੇ ਹਾਂ ਉਸ ਤੋਂ ਬਾਅਦ ਬੱਚਿਆਂ ਦਾ ਕੀ ਫਿਊਚਰ ਹੈ ਕੋਈ ਫਿਊਚਰ ਨਹੀਂ ਹੈ ਕੋਈ ਸਾਂਭਣ ਵਾਲਾ ਨਹੀਂ ਹੈ ਕਿਸੇ ਵੱਲੋਂ ਕੋਈ ਨਹੀਂ ਕਿਸੇ ਸਰਕਾਰੀ ਜੇ ਐਸਏ ਜਾਂ ਅਜੇ ਨੂੰ ਪੀਸੀਐਸ ਅਸੀਂ ਕਰਵਾਨੇ ਵੀ ਆ ਕੀ ਗਰੰਟੀ ਹੈ ਕੱਲ ਨੂੰ ਇਹਨਾਂ ਨੂੰ ਜੌਬ ਦੇ ਵਿੱਚ ਮਿਲ ਜਾਏਗੀ ਅੰਗੇ ਜਾ ਕੇ ਪੀਸੀਐਸ ਕਰਾਉਂਦੇ ਆ ਦੋ ਸਾਲ ਲੱਗ ਜਾਣੇ ਆ ਸਾਡੀ ਉਮਰ ਹੋ ਚੁੱਕੀ ਆ ਅਸੀਂ ਜਿੰਨਾ ਹੋ ਸਕਦੇ ਕਰਦੇ ਕੰਮ ਸੇ ਕੰਮ ਪ੍ਰਸ਼ਾਸਨ ਨੂੰ ਵੀ ਤਾਂ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਸਾਡੀ ਕੁਝ ਹੈਲਪ ਕਰਨ ਜਿਹਦੇ ਕਰਕੇ ਅਸੀਂ ਬੱਚਿਆਂ ਨੂੰ ਅੱਗੇ ਲਿਆ ਸਕੀਏ ਸੰਸਥਾ ਨੇ ਵੀ ਸੰਸਥਾ ਇੱਕ ਵਾਰੀ ਹੈਲਪ ਕਰ ਦੇਣੀ ਆ ਦੋ ਵਾਰੀ ਸੰਸਥਾ ਹਮੇਸ਼ਾ ਤਾਂ ਹੈਲਪ ਨਹੀਂ ਨਾ ਕਰਦੀਆਂ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕੋਈ ਨਹੀਂ ਹੈ ਕਿਸੇ ਕੋਈ ਵੀ ਪਾਲਿਸੀ ਨਹੀਂ ਹੈ ਇਸ ਤਰ੍ਹਾਂ ਦੀ ਤਿਆਰੀ ਕਰਵਾਨੇ ਪੀਸੀਐਸ ਦੀ ਅਸੀਂ ਆਪਣੇ ਲੈਵਲ ਤੇ ਕਰਵਾ ਰਹੇ ਹਾਂ ਡੀਸੀ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਜਦੋਂ ਲਾਸਟ ਪਿਛਲੇ ਡੀਸੀ ਸਾਹਿਬ ਸੀ ਉਹਨਾਂ ਨੇ 26 ਜਨਵਰੀ ਤੇ ਇਹਨੂੰ ਸਨਮਾਨਿਤ ਕੀਤਾ ਕਹਿੰਦੇ ਸੀ ਅਸੀਂ ਪੂਰੀ ਹੈਲਪ ਕਰਾਂਗੇ ਮੈਂ ਤਿੰਨ ਵਾਰੀ ਉਹਨਾਂ ਨੂੰ ਮਿਲਣ ਗਈ ਹਾਂ ਸਾਨੂੰ ਮਿਲੇ ਨਹੀਂ ਅੱਗੇ ਅੱਗੇ ਵੀ ਕੋਈ ਕਿਸੇ ਪਾਸਿਓ ਕੋਈ ਹੈਲਪ ਦੀ ਨਹੀਂ ਅਸੀਂ ਸਾਡੇ ਕੋ ਜਿੰਨੀ ਉਮਰ ਹੈਗੀ 5-7 ਸਾਲ ਅਸੀਂ ਪੂਰਾ ਕਰਾਂਗੇ ਪਰ ਅੱਗੇ ਬੱਚਿਆਂ ਦਾ ਕੀ ਫਿਊਚਰ ਹੈ ਕੌਣ ਸਾਂਭੇਗਾ ਜਿਸ ਤਰ੍ਹਾਂ ਮੇਰੇ ਤੇ ਫੁੱਲੀ ਡਿਪੈਂਡ ਹੈ 90% ਡਿਸੇਬਲ ਆ ਗਾਂ ਇਹਦਾ ਬ੍ਰਦਰ ਆ ਛੋਟਾ ਆ ਬੇਟਾ ਸਾਡਾ ਉਹ ਅੱਗੇ ਨੂੰ ਸਾਮਧਾ ਨਹੀਂ ਸਾਮਦਾ ਸਾਨੂੰ ਨਹੀਂ ਪਤਾ ਠੀਕ ਹੈ ਨਾ ਕੁਛ ਨਾ ਕੁਛ ਤਾਂ ਸਰਕਾਰ ਵੱਲੋਂ ਕੋਈ ਗਰੰਟੀ ਹੋਣੀ ਚਾਹੀਦੀ ਕਿ ਬੱਚਿਆਂ ਨੂੰ ਅਸੀਂ ਸੰਭਾਲ ਸਕਦੇ ਹਾਂ ਕੁਛ ਇਹਨਾਂ ਵੱਲੋਂ ਕੋਈ ਏਡ ਕੇ ਦੇ ਕੋਈ ਇਹਦੇ ਲਈ ਗਰੰਟੀ ਮਿਲ ਸਕੇ ਪਈ ਹਾਂ ਕੋਈ ਪੈਨਸ਼ਨ ਵਗੈਰਾ ਕੋਈ ਜਿਹਦੇ ਨਾਲ ਆਪਣਾ ਗੁਜ਼ਾਰਾ ਹੋ ਸਕੇ ਠੀਕ ਹੈ ਨਾ ਬਿਲਕੁਲ ਰਣਦੀਪ ਜੀ ਜੇਕਰ ਤੁਸੀਂ ਚਲੋ ਮੈਂ ਤਾਂ ਮੰਨਦਾ ਹਾਂ ਕਿ ਤੁਸੀਂ ਪੀਸ ਅਫਸਰ ਬਣੋਗੇ ਤੇ ਉਮੀਦ ਵੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਬਣੋ ਜੇਕਰ ਤੁਸੀਂ ਬਣਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਕੰਮ ਕੀ ਹੋਵੇ ਸਭ ਤੋਂ ਪਹਿਲਾਂ ਤਾਂ ਸਰ ਇਹ ਹੀ ਆ ਕਿ ਮੈਂ ਡਿਸੇਬਲ ਕਮਿਊਨਿਟੀ ਵਾਸਤੇ ਕਰੂੰਗੀ ਕਿਉਂਕਿ ਸਾਨੂੰ ਕੋਈ ਰਿਕੋਗਨਾਈਜੇਸ਼ਨ ਨਹੀਂ ਹੈਗੀ ਅਸੀਂ ਜਿੰਨੇ ਮਰਜ਼ੀ ਐਫਰਟਸ ਕਰ ਲਈਏ ਹਮੇਸ਼ਾ ਘਾਟ ਹੀ ਪੈਂਦੇ ਆ ਠੀਕ ਆ ਕਿਉਂਕਿ ਸਾਨੂੰ ਨਾਰਮਲ ਬੰਦਿਆਂ ਨਾਲ ਕੰਪੇਅਰ ਕਰਕੇ ਦੇਖਿਆ ਜਾਂਦਾ ਠੀਕ ਆ ਨਾ ਡਿਸੇਬਲ ਬੰਦੇ ਨੂੰ ਨਾਰਮਲ ਬੰਦੇ ਦੀ ਲਾਈਨ ਦੇ ਵਿੱਚ ਖੜਾ ਕਰਕੇ ਜੇ ਜੋਬ ਵੀ ਲੈਣੀ ਆ ਤੇ ਉਹਨੂੰ ਨਾਰਮਲ ਬੰਦਿਆਂ ਦੀ ਲਾਈਨ ਦੇ ਵਿੱਚ ਖੜਾ ਹੋ ਕੇ ਜੋਬ ਲੈਣੀ ਪੈਂਦੀ ਆ ਤੇ ਮੈਂ ਚਾਹੂੰਗੀ ਕਿ ਮੈਂ ਉਹਨਾਂ ਵਾਸਤੇ ਕੁਝ ਨਾ ਕੁਝ ਕਰ ਸਕਾਂ ਜੀ ਜੀ ਤੁਸੀਂ ਸਮਝ ਦਿੱਤਾ ਤਾਂ ਰਣਦੀਪ ਕੌਰ ਨੇ ਜਿਨ੍ਹਾਂ ਦੀ ਕਹਾਣੀ ਅੱਜ ਤੁਹਾਡੇ ਤੱਕ ਅਸੀਂ ਪਹੁੰਚਾਈ ਹੈਗੀ ਆ ਕਾਫੀ ਚੈਲੈਂਜਿੰਗ ਭਰੀ ਇਹਨਾਂ ਦੀ ਜ਼ਿੰਦਗੀ ਹੈ ਪਰ ਕਹਿੰਦੇ ਆ ਕਿ ਸੁਪਨੇ ਦੀ ਕੋਈ ਲਿਮਟ ਨਹੀਂ ਹੁੰਦੀ ਸੁਪਨੇ ਦੇਖਣ ਦੀ ਕੋਈ ਲਿਮਟ ਨਹੀਂ ਹੁੰਦੀ ਹੈ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਜੇਕਰ ਪਸੰਦ ਆਈ ਹੈ ਵਾਤੂ ਵਾਤ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਮ ਰਾਜ ਗੁਪਤਾ ਜਲੰਧਰ